Good Choice Studio and Islamic Network. ਸਾਡੇ ਨਬੀ ਜਿਹਾ ਕੋਈ ਨਬੀ ਨਹੀਂ। ਉਹ ਹੱਥ ਉੱਚਾ ਕਰੇਗਾ, ਪੰਜਾ ਖੋਲੇਗਾ, ਹੱਥ ਇੰਜ ਲਹਿਰਾਏਗਾ ਜਿਵੇਂ ਚੰਡੇ ਲਹਿਰਾਏ ਦੇ ਨੇ। ਹਲੀਮਾ ਸਾਦੀਆ ਕਹਿੰਦੀਆਂ ਨੇ ਸਾਰੇ ਤੇ ਆਵੇ
ਤੇ ਮੈਂ ਤੁਹਾਡਾ ਕਲਮਾ ਪੜਨਾ। ਨਬੀ ਪਾਕ ਨੇ ਫਰਮਾਇਆ ਮੈਂ ਬੁਲਾਵਾਂ ਜਾਂ ਤੂੰ ਜਾ ਕੇ ਕਹਿਣਾ? ਉਹਨੇ ਕਿਹਾ ਯਾਰ ਮੈਂ ਜਾਣਾ ਕਿਤੇ ਦਰਖਤ ਨੇ ਆਣਾ, ਗੱਲ ਝੂਠੀ ਹੋ ਜਾਣੀ, ਅੱਲਾ ਮਾਫ ਕਰੇ, ਤੋਬਾ ਨਾ ਉਸ ਬਿਲਾ। ਉਹ ਗਿਆ ਬੜੀ ਖੁਸ਼ੀ ਖੁਸ਼ੀ, ਉਹਨੇ ਦਰਖਤ ਕਿਤੇ ਸੁਣ ਦੇ। ਉਹ ਗਿਆ ਦਰਖਤ ਤੇ ਲਾ ਕੇ ਜਾ ਕੇ ਕਹਿੰਦਾ ਤੈਨੂੰ ਆਮਿਨਾ ਦਾ ਲਾਲ ਬੁਲਾ ਰਿਹਾ ਹੈ। ਸ਼ਰਾਸਤੋਂ ਨਾਲੋ ਜਾਂ ਉੱਠ ਕੇ ਚਲੇ ਜਾਣਾ ਜਾਂ ਸਾਰੇ ਦਾਤ ਦੇਣਾ। ਜਦੋਂ ਇਤਨੀ ਗੱਲ ਦਰਖਤ ਨੇ ਸੁਣੀ ਨਾ, ਦਰਖਤ ਹਿੱਲਿਆ। ਉਹਨੇ ਆਪਣੀ ਜੜ੍ਹਾਂ ਉਖਾੜੀਆਂ ਤੇ ਹਜ਼ੂਰ ਦੇ ਕਦਮਾਂ ਦੇ ਵਿੱਚ। ਭਾਈ ਬਿਲਾਲ ਬੰਦਾ ਪੁੱਛੇ ਦਰਖਤ ਨੂੰ ਤੈਨੂੰ ਬਣਿਆ ਕੀ ਹੈ, ਤੇ ਦਰਖਤ ਪਤਾ ਕੀ ਕਹਿੰਦਾ? ਮੈਨੂੰ ਸੋਹਣਾ ਲੱਗਣਾ ਹੈ, ਸੱਚ ਸੋਹਣਾ ਹੱਟਾ ਸੋਹਣਾ ਲੱਗਣਾ ਹੱਟਾ ਸੋਹਣਾ ਹੱਟਾ ਸੋਹਣਾ ਲੱਗਣਾ ਹੱਟਾ ਸੋਹਣਾ ਲੱਗਣਾ ਹੱਟਾ ਸੋਹਣਾ ਲੱਗਣਾ ਹੱਟਾ ਸੋਹਣਾ ਲੱਗਣਾ ਹੈ, ਸੋਹਣਾ ਸੋਹਣਾ ਹੈ, ਸੋਹਣਾ ਲੱਗਣਾ ਹੈ, ਮੈਨੂੰ ਸੋਹਣਾ ਸੋਹਣਾ ਚਿਹਰਾ ਵੀ ਆ ਗਿਆ।